ਹੋ ਹੋ ਗਈ ਹੋ ਗਿਆ ਹੋ ਗਿਆ ਚੱਲ ਨਹੀਂ ਹੋਇਆ ਅੱਠ ਦੇ ਸੱਤ ਪਹਿਲਾਂ ਛੱਡ ਦੋ ਤੇਰੀ ਪਹਿਲਾਂ ਚਲੋ ਸਿੱਧਾ ਪਾਉਂਦੇ ਪੰਜਾਬ ਦੀ ਵਿਧਾਨ ਸਭਾ ਚੋਣਾਂ ਦਾ ਜਿਹੜਾ ਮੈਦਾਨ ਆ ਪੂਰੀ ਤਰ੍ਹਾਂ ਭੱਕ ਚੁੱਕਿਆ ਆ ਹਰ ਉਮੀਦਵਾਰ ਜਿਹੜਾ ਆਪਣਾ ਚੋਣ ਪ੍ਰਚਾਰ ਜੁੜਾ ਦੇ ਕਰ ਰਿਹਾ ਤੇ ਸਾਡੇ ਨਾਲ ਸਾਨੂੰ ਸੰਜੁਗ ਸਮਾਜ ਮੋਰਚਾ ਦੇ ਸ਼ਾਮਚਰਾਸੀ ਤੋਂ ਉਮੀਦਵਾਰ ਠੇਕੇਦਾਰ ਭਗਵੰਦ ਦਾ ਸਿੱਧੂ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਸਟਾਫ ਤੋਂ ਪਹਿਲਾਂ ਸਿੱਧੂ ਸਾਬੂ ਸੋਤੀ ਸੀ ਸਿਕਿਉਰਿਟੀ ਕਿਉਂ ਨਹੀਂ ਲਈ ਦੇਖੋ ਅਸੀਂ ਕੋਈ ਐਦਾਂ ਦਾ ਕੰਮ ਨਹੀਂ ਕਰਦੇ ਕੋਈ ਚੋਰੀਆਂ ਡਾਕੇ ਜਾਂ ਮਾਈਨਿੰਗ ਦਾ ਕੰਮ ਹੋਵੇ ਜਾਂ ਕੋਈ ਹੋਰ ਜਿਹਾ ਕੰਮ ਹੋਵੇ ਜਿਹੜਾ ਪਬਲਿਕ ਨੂੰ ਚੰਗਾ ਨਾ ਲੱਗਦਾ ਹੋਵੇ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਅਸੀਂ ਮਜ਼ਦੂਰ ਕਠਾਨ ਤੇ ਵਪਾਰੀਆਂ ਦੇ ਰਖਵਾਲੇ ਹੈਗੇ ਆ ਤੇ ਵਪਾਰੀ ਛਾਡੀ ਰੱਖੀ ਕਰਦੇ ਆ ਇਥੇ ਕਰਕੇ ਸਾਨੂੰ ਸਿਕਿਉਰਿਟੀ ਦੀ ਜ਼ਰੂਰਤ ਨਹੀਂ ਹੈ ਜਿਹੜਾ ਤੁਸੀਂ ਮੈਨੀਫੈਸਟੋ ਜਾਰੀ ਕੀਤਾ ਬਹੁਤ ਜ਼ਿਆਦਾ ਇਥੇ ਦੀਆਂ ਲੋੜਾਂ ਆ ਦੇਖੋ ਉਹ ਜਿੰਨੀਆਂ ਵੀ ਇਥੇ ਦੀਆਂ ਲੋੜਾਂ ਹੈਗੀਆਂ ਹਲਕਾ ਥਾਮ ਚਲਾਤੀਆਂ ਸੰਯੁਕਤ ਸਮਾਜ ਮੋਰਚਾ ਮਜ਼ਦੂਰ ਕਠਾਨ ਤੇ ਵਪਾਰੀ ਮਿਲ ਕੇ ਪੂਰੀਆਂ ਕਰਨਗੇ 100% ਪੂਰੀਆਂ ਕਰਾਂਗੇ ਤਾਂ ਆਮ ਲੋਕਾਂ ਦੀ ਵੀ ਅਸੀਂ ਗੱਲ ਕਰੀਏ ਕਿਉਂਕਿ ਕਿਤਨੇ ਕਿਤੇ ਸ਼ਿਸ਼ੂ ਪਾਣਾ ਵੀ ਜਿਹੜੀ ਇਹ ਪਾਰਟੀ ਹੈ ਕਿਸਾਨ ਪਾਰਟੀ ਆ ਤੇ ਆਮ ਲੋਕਾਂ ਦਾ ਤੁਹਾਡੇ ਨਾਲ ਕਿਦਾਂ ਦਾ ਰابطਾ ਦੇਖੋ ਪੂਰੀ ਦੁਨੀਆ ਜਾਣਦੀ ਆ ਇਹ ਜਿਹੜੀ ਪਾਰਟੀ ਆ ਕਿਸਾਨ ਮਜ਼ਦੂਰ ਤੇ ਛੋਟੇ ਵਪਾਰੀ ਜਿਹੜੇ ਉਹਨਾਂ ਦੀ ਪਾਰਟੀ ਆ ਉਹਨਾਂ ਨੇ ਮਿਲ ਕੇ ਬਣਾਈ ਆ ਸੰਯੁਕਤ ਸਮਾਜ ਮੋਰਚਾ ਤਾਈਓ ਇਹਦਾ ਨਾਮ ਰੱਖਿਆ ਗਿਆ ਇੱਕ ਚ ਗੱਲ ਕਰੀ ਚੋਣ ਨਿਸ਼ਾਨ ਪਾਰਟੀ ਨੂੰ ਇੱਕ ਨਹੀਂ ਮਿਲਿਆ ਦੇਖੋ ਇਹਦੇ ਚ ਨਾ ਆਮ ਆਦਮੀ ਪਾਰਟੀ ਔਰ ਭਾਜਪਾ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸਾਨੂੰ ਰੋਕਣ ਵਾਸਤੇ ਉਹਨਾਂ ਨੇ ਆਪਣੇ ਵਕੀਲ ਖੜੇ ਕਰਕੇ ਸਾਨੂੰ ਰੋਕਿਆ ਸਾਡੇ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾਏ ਔਰ ਉਹਨਾਂ ਨੇ ਸਾਨੂੰ ਲੰਮਾ ਖਿੱਚਿਆ ਔਰ ਜੋ ਜੋ ਇਲਜਾਮ ਜੋ ਉਹਨਾਂ ਨੇ ਇਤਰਾਜ਼ ਲਗਾਏ ਸੀ ਉਹ ਬਣਦੇ ਵੀ ਨਹੀਂ ਸੀਗੇ ਤੇ ਉਹ ਅਸੀਂ ਸਾਰੇ ਰਿਮੂਵ ਕੀਤੇ ਜੋ ਵੀ ਉਹਨਾਂ ਨੂੰ ਪ੍ਰੂਫ ਦਿੱਤੇ ਆ ਵੀ ਇਹ ਇਤਰਾਜ਼ ਤੁਹਾਡੇ ਗਲਤ ਹੈਗੇ ਆ ਔਰ ਉਹਨਾਂ ਨੇ ਸਾਨੂੰ ਜਿਹੜਾ ਇਹ ਪ੍ਰੇਸ਼ਾਨ ਕਰਨਾ ਸੀਗਾ ਤਾਂ ਜਿਹੜੀ ਸਾਡੀ ਰਜਿਸਟ੍ਰੇਸ਼ਨ ਹੋਈ ਆ ਜੋ ਪਹਿਲੀ ਤਰੀਕ लास्ट ਦਿਨ ਸੀਗਾ ਜਦੋਂ ਅਸੀਂ ਸਾਰੇ ਕੈਂਡੀਡੇਟਾਂ ਦੇ ਆਜ਼ਾਦ ਜਿਹੜੇ ਅਸੀਂ ਆਜ਼ਾਦ ਤੌਰ ਤੇ ਸਮਾਜ ਸੰਗਤ ਸਮਾਜ ਮੋਰਚੇ ਵੱਲੋਂ ਪੇਪਰ ਆਪਣੇ ਨਾਮਿਨੇਟ ਕਰਤੇ ਉਤੋਂ ਬਾਅਦ ਉਹਨਾਂ ਨੇ ਪਾਰਟੀ ਸਾਡੀ ਰਿਜੈਕਟ ਕਰਤੀ ਮੋਰਤਾ ਜਿਹੜਾ ਉਹਨੂੰ ਮਾਨਤਾ ਦੇ ਦਿੱਤੀ ਜਦੋਂ ਕਿ ਇਹ ਸਾਨੂੰ 2 ਦਿਨ 3 ਦਿਨ ਪਹਿਲਾਂ ਦੇਣੀ ਚਾਹੀਦੀ ਸੀ ਤਾਂ ਕਿ ਸਾਡਾ ਇੱਕ ਨਿਸ਼ਾਨ ਬਣਦਾ ਉਹ ਉਹਨਾਂ ਨੇ ਜਾਣ ਬੁੱਝ ਕੇ ਉਹਨਾਂ ਦੀ ਗਿਣੀ ਮਿੱਥੀ ਸਾਜਿਦ ਦੇ ਦੇ ਨਹੀਂ ਹੋਇਆ ਇਹ ਥਾਰਾ ਕੁਝ ਜੇ ਗੱਲ ਕਰੀਏ ਕਿ ਬਸਪਾ ਦੇ ਤੋਂ ਉਮੀਦਵਾਰ ਜਿਹੜਾ ਆ ਬੜੀਆਂ ਵੀਡੀਓ ਬਾਰੇ ਹੋ ਰਹੀਆਂ ਆ ਧੋਖਾ ਦੜੀਆਂ ਕੋਈ ਪੈਸੇ ਹੀ ਲੈਣ ਦਿੰਦੀਆਂ ਦੇਖੋ ਇਹ ਪੂਰੀ ਦੁਨੀਆ ਜਾਣਦੀ ਆ ਉਹਨਾਂ ਦੇ ਕਿਰਦਾਰ ਨੂੰ ਠੀਕ ਹੈ ਨਾ ਉਹ ਕੀ ਕਰਦੇ ਆ ਮੈਂ ਜ਼ਿਆਦਾ ਕੁਝ ਕਹਿਣਾ ਨਹੀਂ ਚਾਹੁੰਦਾ ਇਹ ਸਾਰੀ ਜਨਤਾ ਨੂੰ ਪਤਾ ਜੇ ਗੱਲ ਕਰੀਏ ਹੁਣ ਬਸਪਾ ਦੀ ਪੋਰਟ ਤੁਹਾਨੂੰ ਲੱਗਦਾ ਵੀ ਬਸਪਾ ਦੀ ਪੋਰਟ ਤੁਹਾਡੇ ਨਾਲ ਜੁੜੂਗੀ ਦੇਖੋ ਬਸਪਾ ਦਾ ਜਿੰਨਾ ਵੀ ਕੇਡਰ ਆ ਉਹਨਾਂ ਤੋਂ ਨਾਰਾਜ਼ ਚੱਲ ਰਿਹਾ ਉਹ ਠੇਕੇਦਾਰ ਭਗਵਾਨ ਦਾਸ ਦੇ ਨਾਲ ਆ ਕਿਉਂਕਿ ਕੇਡਰ ਅਜੀ ਲੋਕ ਪਬਲਿਕ ਦੇ ਕੰਮ ਕੀਤੇ ਆ ਬਿਨਾ ਭੇਦ ਭਾਵ ਤੋਂ ਬਿਨਾ ਉਦੇ ਤੋਂ 18 ਜਿੰਨਾ ਵੀ ਕੇਡਰ ਹੈਗਾ ਉਹ ਆਪਣੇ ਠੇਕੇਦਾਰ ਭਗਵਾਨ ਦਾਸ ਦੇ ਨਾਲ ਕਥਾਨਾ ਦੇ ਨਾਲ ਮਜ਼ਦੂਰਾਂ ਦੇ ਨਾਲ ਵਪਾਰੀਆਂ ਦੇ ਨਾਲ ਜੇ ਤਾਂ 350 ਪਿੰਡਾਂ ਸ਼ਾਮਚਰਾਸੀ ਦੇ ਤੇ ਕਿਦਾਂ ਹੁਣ ਤੁਸੀਂ ਆਪਣਾ ਜ ਚੋਣ ਨਿਸ਼ਾਨਾ ਉੱਥੇ ਪਹੁੰਚਾਉਗੇ ਦੇਖੋ ਚੋਣ ਨਿਸ਼ਾਨ ਤਾਂ ਸਾਰਿਆਂ ਦੇ ਦਿਲਾਂ ਦੇ ਵਿੱਚ ਵੱਸ ਗਿਆ ਆ ਸਾਰਿਆਂ ਕੋਲ ਪਹੁੰਚ ਚੁੱਕਿਆ ਆ ਠੀਕ ਹੈ ਨਾ ਤੇ ਬਾਕੀ ਅਸੀਂ ਲਗ ਲਗ ਪਿੰਡਾਂ 'ਚ ਮੀਟਿੰਗਾਂ ਕਰਦੇ ਆ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਠੀਕ ਆ ਨਾ ਵੀ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਹ ਵਪਾਰੀਆਂ ਦੀ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਰਾਖੀ ਕਰਨ ਵਾਸਤੇ ਬਣਿਆ ਹੈਗਾ ਉਹਨਾਂ ਦੇ ਹੱਕ ਹੁਕੂਕ ਨੂੰ ਲੈਣ ਵਾਸਤੇ ਬਣਿਆ ਹੈ ਥਾਰੀ ਦੁਨੀਆ ਜਾਣਕਾਰ ਹੈ ਸਾਰਿਆਂ ਨੂੰ ਪਤਾ ਹੈ ਤੇ ਹੁਣ ਤੁਸੀਂ ਉਹਨਾਂ ਨੂੰ ਲੈ ਕੇ ਤੁਸੀਂ ਆਪਣੇ ਹਲਕੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਨਸ਼ਾ ਮੁਕਤ ਪੰਜਾਬ ਜੇ ਅਗਰ ਤੁਸੀਂ ਚਾਹੁੰਦੇ ਆ ਤੇ ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਮਜ਼ਦੂਰਾਂ ਤੇ ਵਪਾਰੀਆਂ ਦੀ ਪਾਰਟੀ ਐ ਮੋਰਚਾ ਬਣਾਇਆ ਆ ਉਹਨਾਂ ਨੂੰ ਖੁੱਲ ਕੇ ਥਾਤ ਦਿਓ ਉਹਨਾਂ ਦੀ ਸਰਕਾਰ ਲਿਆ ਕੇ ਆ ਤਾਂ ਕਿ ਤੁਹਾਨੂੰ ਮੁੜ ਕੇ ਦੁਬਾਰਾ ਛੜਕਾਂ ਤੇ ਨਾ ਪੈਣਾ ਪਵੇ ਅ ਜੇ ਗੱਲ ਕਰੀਏ ਤਾਂ ਚੋਣਾਂ ਦੇ ਵਿੱਚ ਜੂਥ ਦੀ ਇੱਕ ਵੱਡੀ ਜ਼ਿੰਮੇਵਾਰੀ ਆ ਭਾਈ ਜੂਥ ਦੇ ਚਿਰ ਤੇ ਨਾ ਚੋਣਾਂ ਜਿੱਤੀ ਜਾਂਦੀਆਂ ਤੇ ਕਿੱਦਾਂ ਲੱਗ ਰਿਹਾ ਵੀ ਕਿਸਾਨਾਂ ਦੇ ਨਾਲ ਜਿਹੜਾ ਜੂਥ ਆ ਕਿਦਾ ਤੁਰਿਆ ਜੂਥ ਸਾਡੇ ਨਾਲ ਤੁਰਦਾ ਐ ਕੱਲ ਸੀ ਜిల్లా ਪਿੰਡਾਂ ਵਿੱਚ ਗਏ ਤਾਂ ਸਾਨੂੰ ਵੱਖ-ਵੱਖ ਚਿਹਰੇ ਦੇਖਣ ਨੂੰ ਮਿਲੇ ਤਾਂ ਉਹ ਸਾਡੇ ਕਾਫੀ ਸਾਡੀ ਇੰਤਜ਼ਾਰ ਚ ਬੈਠੇ ਹੋ ਆਹੋ ਅਸੀਂ ਵੱਧ ਤੋਂ ਵੱਧ ਉਹਨਾਂ ਦੇ ਨਾਲ ਤੁਰ ਕੇ ਤਾਂ ਆਪਣਾ ਆਪਣੇ ਸੰਯੁਕਤ ਸਮਾਜ ਮੋਰਚੇ ਦੇ ਨੂੰ ਕੰਮਜਾਬ ਕਰਾਂਗੇ ਜੁਥ ਦੀ ਕੀ ਸਮੱਸਿਆ ਇਸ ਟਾਈਮ ਸਭ ਤੋਂ ਵੱਡੀ ਜੁਥ ਦੀ ਸਮੱਸਿਆ ਇਹ ਬੇਰੁਜ਼ਗਾਰੀ ਦੀ ਹੈ ਜੀ ਜੁਥ ਸਮੱਸਿਆ ਬੇਰੁਜ਼ਗਾਰ ਬੈਠਾ ਆ ਤੇ ਬਾਕੀ ਰਵਾਇਤੀ ਪਾਰਟੀਆਂ ਜਾਤ ਪਾਤ ਨਾਲ ਸਾਨੂੰ ਲੜਾ ਲੜਾ ਕੇ ਇਹ ਨਹੀਂ ਵੱਖਰੇ ਕੀਤਾ ਆ ਧਰਮ ਦੇ ਨਾਂ ਤੇ ਵੱਖਰੇ ਕੀਤਾ ਆ ਇਹ ਵੱਖ-ਵੱਖ ਆਪਣੇ ਇਹ ਦੌਰ ਚੱਲ ਕੇ ਸਾਨੂੰ ਮਤਲਬ ਪਾੜਦੇ ਆ ਇੱਕ ਦੂਜੇ ਨਾਲ ਜੇ ਆਪਾਂ ਗੱਲ ਕਰੀਏ ਜੂਥ ਕਾਫੀ ਸਾਰਾ ਪੰਜਾਬ ਤੇ ਜੂਥ ਆ ਨਸ਼ੇ ਚ ਜਾ ਚੁੱਕਿਆ ਆ ਤੇ ਕਾਫੀ ਜਿਹੜੀਆਂ ਨਸ਼ੇ ਨਾਲ ਮੁਕਤ ਵੀ ਹੋ ਚੁੱਕੀਆਂ ਹਾਂਜੀ ਇਹਦੇ ਵਾਸਤੇ ਇਹ ਜਿਹੜੀਆਂ ਪ੍ਰਾਣੀਆ ਰਵੈਤੀ ਪਾਰਟੀਆਂ ਆ ਉਹਨਾਂ ਨੇ ਕੰਮ ਸ਼ੁਰੂ ਕੀਤਾ ਆ ਤੇ ਉਹਨਾਂ ਦੀ ਹੱਥਵਾਸੀ ਸਾਰਾ ਕੁਝ ਆ ਉਹ ਸਾਰਾ ਕੁਝ ਬੰਦ ਕਰ ਸਕਦੇ ਆ ਕਿਉਂਕਿ ਉਹ ਪੰਜਾਬ ਨੂੰ ਦੇਖਣਾ ਨਹੀਂ ਚਾਹੁੰਦੇ ਪੰਜਾਬ ਦੀ ਨੌਜਵਾਨੀ ਨੂੰ ਦੇਖਣਾ ਨਹੀਂ ਚਾਹੁੰਦੇ ਪੰਜਾਬ ਅੱਗੇ ਨਾ ਵਧੇ ਪੰਜਾਬ ਖੁਸ਼ਹਾਲ ਨਾ ਰਹੇ ਇਸ ਕਰਕੇ ਉਹ ਇਹ ਸਾਰੀਆਂ ਚਾਲਾਂ ਚਲਦੇ ਆਪਣੀਆਂ ਡੂੰਗੀਆਂ ਚਾਲਾਂ ਚਲਦੇ ਆ ਬੜੀਆਂ ਇਥੋਂ ਤੁਹਾਡੇ ਉਮੀਦਵਾਰ ਜਿੱਤੇ ਜਾਂ ਤੇ ਕੀ ਆਸ ਰੱਖਦੇ ਤੁਸੀਂ ਸਾਡੇ ਉਮੀਦਵਾਰ ਜਿੱਤਦੇ ਆ ਤਾਂ ਉਹ ਕੋਈ ਕੱਚੇ ਵਾਦੇ ਨਹੀਂ ਕਰਦੇ ਬਾਕੀ ਯਾਰ ਵੈਤੀ ਪਾਰਟੀਆਂ ਵਾਂਗੂ ਸਾਡੇ ਨਾਲ ਸੱਚੇ ਵਾਦੇ ਕਰਨਗੇ ਉਹ ਉਹ ਹੀ ਵਾਦੇਆਂ ਤੇ ਖਰੇ ਉਤਰ ਕੇ ਦਿਖਾਉਣਗੇ ਤੇ ਜੋ ਵੀ ਸਾਰੇ ਸਿਰਫ ਆਪਾਂ ਨੂੰ ਗਲੀਆਂ ਨਾਲੀਆਂ ਨਾਲ ਮਤਲਬ ਨਹੀਂਗਾ ਕਿਉਂਕਿ ਜੋ ਜੋ ਵੀ ਸਾਡੀ ਸਮੱਸਿਆ ਆ ਪਿੰਡ ਦੀ ਜਿਦਾ ਬਸ ਸੜੇ ਦੀ ਸਮੱਸਿਆ ਆ ਸਾਡੇ ਪਾਣੀਆਂ ਦੀ ਸਮੱਸਿਆ ਆ ਛੱਪਣਾ ਦੀ ਸਮੱਸਿਆ ਹਰੇਕ ਸਮੱਸਿਆ ਨੂੰ ਹੱਲ ਕਰਨਗੇ ਤੇ ਤੁਸੀਂ ਦੇਖੋ ਜੂਥ ਵੀ ਜਿਹੜਾ ਪੂਰਾ ਮੁੰਡੇ ਦਾ ਮੁੰਡਾ ਨਾਲ ਲਾ ਕੇ ਜਿਹੜਾ ਤੁਰਿਆ ਹੋਇਆ ਆ ਤੇ ਕਿਤੇ ਨਾ ਕਿਤੇ ਜੂਤੀ ਵੀ ਸਮੱਸਿਆ ਆ ਨਸ਼ੇ ਨੂੰ ਲੈ ਕੇ ਆ ਤੇ ਉਹ ਵੀ ਜਿਹੜੇ ਫਰੀਦੀਆਂ ਸਕੀਮਾਂ ਜਾਂ ਆਟਾ ਦਾਲ ਨਹੀਂ ਚਾਹੁੰਦੇ ਭਾਰਤੀ ਕਿਸਾਨ ਯੂਨੀਅਨ ਰਾਜਾ ਦੇ ਹਿਸ਼ਾਰਪੁਰ ਤੋਂ ਪ੍ਰਧਾਨ ਹਨ ਗੁਰਵਿੰਦਰ ਸਿੰਘ ਘੂੜਾ ਉਹਨਾਂ ਨੇ ਵੀ ਗੱਲ ਕਰਦੇ ਆ ਤੁਸੀਂ ਪਿੰਡ ਪਿੰਡ ਜਾ ਰਹੇ ਕਿੰਦਾ ਦਾ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚ ਸਾਡੀ ਆਸ ਤੋਂ ਵੱਧ ਹੰਗਾਰਾ ਮਿਲਦਾ ਆ ਜਦੋਂ ਹੀ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਲੋਕ ਹੱਥੀ ਛਾਵਾ ਕਰਦੇ ਆ ਇੱਥੋਂ ਤੱਕ ਕੁਝ ਪਿੰਡਾਂ ਦੇ ਵਿੱਚ ਤਾਂ ਇਦਾਂ ਹੋਇਆ ਵੀ ਲੋਕਾਂ ਨੇ ਬਾਕੀ ਪਾਰਟੀਆਂ ਝੰਡੇ ਵੀ ਲਾ ਕੇ ਛੱਡ ਦਿੱਤੇ ਕਹਿੰਦੇ ਕਿਸਾਨੀ ਜਿਹੜਾ ਆ ਇਹ ਸਾਡਾ ਆਪ ਦਾ ਆ ਮਜ਼ਦੂਰਾਂ ਦਾ ਆ ਤੇ ਕਿਸਾਨਾਂ ਦਾ ਸਾਡੀ ਆਪ ਦੀ ਪਾਰਟੀ ਆ ਲੋਕੀ ਸਾਨੂੰ ਉਡੀਕਦੇ ਆਵੇ ਆਓ ਸਾਡੇ ਪਿੰਡਾਂ ਦੇ ਵਿੱਚ ਅਸੀਂ ਮੀਟਿੰਗਾਂ ਕਰੀਏ ਤੁਸੀਂ ਪਿੰਡਾਂ 'ਚ ਜਾ ਰਹੇ ਕਿਹੜੀਆਂ ਸਮੱਸਿਆ ਤੁਹਾਨੂੰ ਲੱਗਦੇ ਵੀ ਲੋਕ ਜਿਹੜੀਆਂ ਉਜਾਗਰ ਕਰਦੇ ਇਸ ਟਾਈਮ ਲੋਕੀ ਕਹਿੰਦੇ ਵੀ ਇੱਕ ਵਿਕਾਸ ਗਲੀਆਂ ਨਾਲੀਆਂ ਤੱਕ ਰਸੀਮਤ ਹੋ ਗਏ ਰਹਿ ਗਿਆ ਜਦੋਂ ਦੇਸ਼ ਆਜ਼ਾਦ ਹੋਇਆ ਗਲੀਆਂ ਨਾਲੀਆਂ ਬਣ ਜਾਂਦੀਆਂ ਉਹ ਕਹਿੰਦੇ ਸਾਨੂੰ ਐਜੂਕੇਸ਼ਨ ਚਾਹੀਦੀ ਆ ਫਰੀ ਸਾਨੂੰ ਮੈਡੀਕਲ ਸਹੂਲਤਾ ਚਾਹੀਦੀਆਂ ਆ ਨਸ਼ਾਖੋਰੀ ਬੰਦ ਹੋਣੀ ਚਾਹੀਦੀ ਆ ਜੋ ਰਿਸ਼ਵਤਖੋਰੀ ਬਚ ਚੁੱਕੀ ਉਹ ਬੰਦ ਹੋਣੀ ਚਾਹੀਦੀ ਆ ਤੇ ਸਾਡੀਆਂ ਜਿਹੜਾ ਚੋਣ ਮੈਨੀਫੈਸਟੋ ਆਸੀਂ ਸ਼ਾਮਚਾਸੀਂ ਹਲਕੇ ਦਾ ਇੱਕ ਵੱਖਰਾ ਬੈਠ ਕੇ ਸਾਰੇ ਲੋਕਾਂ ਦੀ ਸਲਾਹ ਲੈ ਕੇ ਚੋਣ ਮੈਨੀਫੈਸਟੋ ਤਿਆਰ ਕੀਤਾ ਉਹਦੇ ਵਿੱਚ ਜਿਹੜੀਆਂ ਸਾਡੇ ਸ਼ਾਮਚਾਸੀ ਹਲਕੇ ਦੀਆਂ ਮੇਨ ਮੰਗਾਂ ਆ ਉਹ ਅਸੀਂ ਰੱਖੀਆਂ ਪਰ ਵਾਅਦੇ ਨਹੀਂ ਕੀਤੇ ਅਸੀਂ ਉਹੀ ਕੰਮ ਕਰਨ ਦਾ ਇੱਕ ਸੰਕਲਪ ਲਵਾਂਗੇ ਜਿਹੜੇ ਅਸੀਂ ਪੂਰੇ ਕਰ ਸਕਾਂਗੇ ਜਿੱਦਾਂ ਤੁਸੀਂ ਮੈਨੀਫੈਫੈਸਟੋ ਜਾਰੀ ਕੀਤਾ ਆ ਆਮ ਲੋਕਾਂ ਲਈ ਉਹਨਾਂ ਵਿੱਚ ਕੀ ਆ ਲੋਕਾਂ ਲਈ ਪੁੱਛ ਕੇ ਜੋ ਲੋਕਾਂ ਨੇ ਸਾਨੂੰ ਸਮੱਸਿਆਵਾਂ ਦੱਸੀਆਂ ਜਿਹਦੇ ਵਿੱਚ ਮੁੱਖ ਸਮੱਸਿਆ ਸਾਡੇ ਜਿਹੜਾ ਦਿਨ ਬਰ ਦਿਨ ਪਾਣੀ ਦੀ ਸਮੱਸਿਆ ਨਾ ਡੂੰਘਾ ਜਾ ਰਿਹਾ ਉਹਦੇ ਲਈ ਜਿਹੜੇ ਸਾਡੇ ਮੇਨ ਮੁੱਖ ਚੋਆ ਇੱਥੇ ਦੇ ਭੰਗੀ ਚੋਆ ਤਾਂ ਮ헹ਰਵਾਲ ਚੋਆ ਜਾਂ ਹੋਰ ਵੀ ਛੋਟੇ ਮੋਟੇ ਚੋਆ ਉਹਨਾਂ ਦੇ ਵਿੱਚ ਅਸੀਂ ਪਹਿਲੇ ਅਧਾਰ ਤੇ ਪਹਿਲਾਂ ਪਾਣੀ ਛੱਡਾਂਗੇ ਦੂਸਰਾ ਜਿਹੜਾ ਸਾਡੇ ਹਲਕੇ ਸ਼ਾਮਚਾਸੀ ਦੇ ਵਿੱਚੋਂ ਕੋਈ ਸਰਕਾਰੀ ਜਾਂ ਗੱਲੋ ਦਾਣਾ ਮੰਡੀਆਂ ਤੇ ਸਬਜ਼ੀ ਮੰਡੀਆਂ ਹੈ ਨਹੀਂ ਗੀਆਂ ਉਹ ਬਣਾਵਾਂਗੇ ਇੱਕ ਕਿਸਾਨਾਂ ਦੀ ਪ੍ਰਜੋਰ ਮੰਗ ਸੀਗੀ ਵੀ ਹਰੇਕ ਪਿੰਡ ਦੇ ਵਿੱਚ ਸਰਕਾਰੀ ਟਿਊਬਲ ਹੋਣਾ ਚਾਹੀਦਾ ਜਿਹੜੇ ਕਿਸਾਨ ਗਰੀਬ ਆ ਉਹਨਾਂ ਕੋਲ ਨਾ ਕਨੈਕਸ਼ਨ ਹੈ ਨਾ ਉਹਨਾਂ ਕੋਲ ਟਿਊਬਲ ਆ ਉਹਨਾਂ ਦੇ ਪਿੰਡਾਂ ਤਾਈਂ ਮੋਗਿਆਂ ਦੇ ਥਰੂ ਪਾਣੀ ਕੱਢਿਆ ਜਾਊਗਾ ਇਹ ਤਾਂ ਵੱਡੇ ਵੱਡੇ ਵਾਦੇ ਫਰੀ ਵਾਦੇ ਕਰ ਰਹੇ ਆ ਤੁਸੀਂ ਪਿੰਡਾਂ ਵਿੱਚ ਜਾ ਰਹੇ ਪਿੰਡਾਂ ਦੇ ਲੋਕ ਜਿਹੜੇ ਫਰੀ ਦੇ ਵਾਦਿਆਂ ਨੂੰ ਲੈ ਕੇ ਕੀ ਕਹਿੰਦੇ ਆ ਲੋਕੀ ਫਰੀ ਦਾ ਵਾਦਾ ਕੋਈ ਨਹੀਂ ਚਾਹੁੰਦੇ ਨਾ ਉਹ ਆਟਾ ਦਾਲ ਚਾਹੁੰਦੇ ਆ ਨਾ ਮੁਫਤ ਬਿਜਲੀ ਚਾਹੁੰਦੇ ਆ ਉਹ ਲੋਕਾਂ ਲਈ ਰੁਜ਼ਗਾਰ ਚਾਹੁੰਦੇ ਆ ਉਹਨਾਂ ਦੇ ਬੱਚੇ ਪੜ੍ਹ ਕੇ ਪਲੱਸ 2 ਕਰਕੇ ਹਰ ਕੋ ਕਹਿੰਦਾ ਹਾਈਲਾਈਟਸ ਕਰਕੇ ਬਾਹਰ ਜਾਣਾ ਅਗਰ ਉਹਨਾਂ ਨੂੰ ਇੱਥੇ ਰੁਜ਼ਗਾਰ ਮਿਲੂਗਾ ਤਾਂ ਬਾਹਰ ਕਿਉਂ ਜਾਣਾ ਇਹ ਤੁਸੀਂ ਆਪਣੇ ਮਜ਼ਦੂਰ ਭਾਈਚਾਰੇ ਨੂੰ ਕੀ ਸੰਦੇਸ਼ ਦੇਣਾ ਜਾਂਦੇ ਮੈਂ ਸਾਰੇ ਵੀਰਾਂ ਅੱਗੇ ਹੱਥ ਮਾਰ ਕੇ ਬੇਨਤੀ ਕਰਦਾ ਸੰਦੇਸ਼ ਤਾਂ ਮੈਂ ਦੇਣ ਜੋਗਾ ਹੈ ਨਹੀਂਗਾ ਵੀ ਸਾਨੂੰ ਇੱਕ ਮੌਕਾ ਮਿਲਿਆ ਆ ਆਖਰੀ ਮੌਕਾ ਮੈਨੂੰ ਕਹੂੰਗਾ ਇਕ ਕਿਸਾਨਾਂ ਮਜ਼ਦੂਰਾਂ ਤੇ ਮੱਧ ਵਰਗੀ ਪਰਿਵਾਰਾਂ ਨੇ ਮਿਲ ਕੇ ਇੱਕ ਪਾਰਟੀ ਬਣਾਈ ਆ ਸੰਯੁਕਤ ਸਮਾਜ ਮੋਰਚਾ ਆਓ ਅਸੀਂ ਮਿਲ ਕੇ ਇਹਨੂੰ ਸਫਲ ਕਰੀਏ ਰਵਾਇਤੀ ਪਾਰਟੀਆਂ ਦੇ ਪਿੱਛੇ ਸਾਡੇ ਬਜ਼ੁਰਗਾਂ ਨੇ ਵੀ ਤਾਂ ਅਸੀਂ ਵੀ ਹਰ ਸਾਲ ਹਰ ਵਾਰ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਕੇ ਦੇਖ ਲਿਆ ਇੱਕ ਚੋਰ ਉੱਤਰਦਾ ਤਾਂ ਦੂਸਰਾ ਚੜ ਜਾਂਦਾ ਆ ਆਪਾਂ ਇੱਕ ਬਦਲਾਅ ਲੈ ਕੇ ਆਈਏ ਪਰ ਤੁਹਾਡੇ ਸਾਰੇ ਸਹਿਯੋਗ ਦੇ ਨਾਲ ਬਦਲਾਅ ਆਉਣਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਈ ਇੱਕ ਵਾਰ ਇੱਕ ਪਾਸਾ ਕਰ ਲਈਏ ਇੱਕ ਬਦਲ ਲੈ ਕੇ ਆਈਏ ਸੰਯੁਕਤ ਸਮਾਜ ਮੋਰਚਾ ਤੁਹਾਡੇ ਅੱਗੇ ਇੱਕ ਪਾਰਟੀ ਲੈ ਕੇ ਆਇਆ ਤੁਹਾਡੇ ਕਹਿਣ ਤੇ ਆਪਾਂ ਉਹਨੂੰ ਕਾਮਯਾਬ ਕਰੀਏ ਤੇ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ 20 ਫਰਵਰੀ ਦੇ ਦਿਨ ਆਪਾਂ ਮੰਝੇ ਦਾ ਬਟਨ ਦਬਾ ਕੇ ਇਸ ਨੂੰ ਆਪਾਂ ਕਾਮਯਾਬ ਕਰੀਏ ਤੇ ਤੁਸੀਂ ਦੇਖ ਸਕਦੇ ਆ ਕਿ ਕਿਸਾਨ ਮਜ਼ਦੂਰ ਜਿਹੜੇ ਬੜੇ ਆਸਮਾਨ ਦਾ ਠੇਕੇਦਾਰ ਭਗਵਾਨ ਦਾ ਸਿੱਧੂ ਨੇ ਵੀ ਗੱਲਬਾਤ ਕੀਤੀ ਉਹ ਵੀ ਬੜੇ ਆਸਮਾਨ ਦਾ ਹਨ ਕਿ ਇਹ ਸੀਰੀ ਜਿਹੜੀ ਉਹ ਵੱਡੇ ਮਰਜ਼ ਨਾਲ ਜਿੱਤਣਗੇ ਕੈਮਰਾਮੈਨ ਰਿੱਕੀ ਦੇ ਨਾਲ ਪਰਮਜੀਤ ਸਿੰਘ ਸ਼ਾਮਚਰਸੀ